ਸੁਬਾਹ ਫਿਰ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ। ਖੁਦਾਵੰਦ ਤੁਹਾਨੂੰ ਬਹੁਤ ਵੱਡੀ ਬਰਕਤ ਦੇਵੇ। ਸੰਤ ਪੌਲਸ ਰੋਮੀਆਂ ਦੀ ਪੱਤਰੀ ਉਸ 8ਵਾਂ ਅਧਿਆਏ ਔਰ ਉਸ ਦੀ 18ਵੀਂ ਆਇਤ ਵਿੱਚ ਕਹਿ ਰਿਹਾ ਹੈ, ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜਿਹੜਾ ਪ੍ਰਗਟ ਹੋਣ ਵਾਲਾ ਹੈ ਮਚਾਉਣ ਦੇ ਯੋਗ ਨਹੀਂ ਹਨ। ਮੇਰਾ ਜੀ ਜੋ ਇਸ ਵਰਤਮਾਨ ਸਮੇਂ ਦੇ ਦੁੱਖ, ਮੈਂ ਤੁਹਾਨੂੰ ਪਹਿਲੀ ਸਦੀ ਦੇ ਲੋਕਾਂ ਦੀ ਗੱਲ ਦੱਸਦਾ ਹਾਂ, ਜਿਨ੍ਹਾਂ ਨੂੰ ਅਸੀਂ ਇਬਰਾਨੀਆਂ 10 ਦੀ 32 ਵਿੱਚ ਵੇਖਦੇ ਹਾਂ, ਉਹ ਕਦੇ ਦੁੱਖਾਂ ਤੋਂ ਨਹੀਂ ਸੀ ਡਰੇ, ਉਹਨਾਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਹੋਇਆ ਸੀ। ਔਰ ਭਾਵੇਂ ਸਾਰੀ ਧਰਤੀ ਦੇ ਉੱਤੇ ਪਾਪ ਨਾਲ ਭਰੇ ਹੋਏ ਲੋਕ ਨੇ, ਪਰ ਪ੍ਰਭੂ ਉਹਨਾਂ ਨੂੰ ਛਡਾਉਣ ਦੇ ਲਈ ਇਸ ਜਗਤ ਵਿੱਚ ਆਇਆ ਹੈ। ਇਸ ਕਰਕੇ ਮੈਂ ਪੜ੍ਹਨਾ ਚਾਹੁੰਦਾ ਤੁਹਾਡੇ ਸਾਹਮਣੇ, ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੇ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਯੋਗ ਨਹੀਂ। ਅਤੇ ਸ੍ਰਿਸ਼ਟੀ ਵੱਡੀ ਚਾਅ ਨਾਲ ਪਰਮੇਸ਼ੁਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਹੈ। ਉਹ ਵਚਨ ਦੱਸਦਾ ਹੈ ਕਿ ਜਿਹੜੇ ਮਸੀਹੀ ਲੋਕ ਨੇ, ਜਿਨ੍ਹਾਂ ਨੇ ਮਸੀਹ ਯਿਸੂ ਨੂੰ ਕਬੂਲ ਕੀਤਾ ਹੈ, ਜਿਨ੍ਹਾਂ ਨੇ ਉਸ ਨੂੰ ਆਪਣਾ ਜੀਵਨ ਦਿੱਤਾ ਹੈ, ਉਹਨਾਂ ਦੇ ਵਿਖੇ ਸੰਤ ਪੌਲਸ ਕਹਿੰਦਾ ਹੈ, ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਮਚਾਉਣ ਦੇ ਯੋਗ ਨਹੀਂ ਹਨ। ਕਿਉਂਕਿ ਲਿਖਿਆ ਹੈ ਕਿ ਉਸ ਪ੍ਰਤਾਪ ਦੇ ਨਾਲ, ਉਸ ਪ੍ਰਕਾਸ਼ ਦੇ ਨਾਲ ਮਚਾਉਣ ਦੇ ਯੋਗ ਨਹੀਂ ਹਨ। ਅਤੇ ਸ੍ਰਿਸ਼ਟੀ ਵੱਡੇ ਚਾਅ ਨਾਲ ਪਰਮੇਸ਼ੁਰ ਦੇ ਪੁੱਤਰਾਂ ਦੀ ਉਡੀਕ ਕਰ ਰਹੀ ਹੈ। ਪਰਮੇਸ਼ੁਰ ਦੇ ਪੁੱਤਰ ਕੌਣ ਨੇ? ਪਰਮੇਸ਼ੁਰ ਦੇ ਪੁੱਤਰ ਉਹ ਨੇ ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ ਹੈ। ਔਰ ਵਚਨ ਕਹਿੰਦਾ ਹੈ ਕਿ ਯੋਹੰਨਾ ਦੀ ਅੰਜੀਲ ਪਹਿਲੇ ਬਾਬ ਦੀ 11 ਆਇਤ ਵਿੱਚ ਲਿਖਿਆ ਹੈ, ਉਹ ਆਪਣੇ ਘਰ ਆਇਆ ਅਤੇ ਜਿਹੜੇ ਉਹਦੇ ਆਪਣੇ ਸਨ ਉਹਨਾਂ ਨੇ ਉਸ ਨੂੰ ਕਬੂਲ ਨਾ ਕੀਤਾ, ਪਰ ਜਿੰਨਿਆਂ ਨੇ ਉਸ ਨੂੰ ਕਬੂਲ ਕੀਤਾ ਉਹਨਾਂ ਨੂੰ ਉਸਨੇ ਪਰਮੇਸ਼ੁਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ। ਮੇਰੇ ਅਜ਼ੀਜ਼ੋ, ਜਦ ਪਰਮੇਸ਼ੁਰ ਦੇ ਪੁੱਤਰ ਇਸ ਧਰਤੀ ਦੇ ਉੱਤੇ ਪ੍ਰਗਟ ਹੋਣਗੇ ਔਰ ਧਰਤੀ ਸ਼ਾਂਤ ਹੋ ਜਾਏਗੀ। ਔਰ ਸ੍ਰਿਸ਼ਟੀ ਵੀ ਚਾਹੁੰਦੀ ਹੈ, ਸ੍ਰਿਸ਼ਟੀ ਵੀ ਚਾਹੁੰਦੀ ਹੈ, ਧਰਤੀ ਵੀ ਚਾਹੁੰਦੀ ਹੈ, ਔਰ ਸਾਰੇ ਲੋਕ ਵੀ ਚਾਹੁੰਦੇ ਹਨ, ਸਾਰੀ ਸ੍ਰਿਸ਼ਟੀ ਚਾਹੁੰਦੀ ਹੈ ਕਿ ਪਰਮੇਸ਼ੁਰ ਦੇ ਪੁੱਤਰ ਪ੍ਰਗਟ ਹੋਣ। ਕਿਸ ਨੂੰ ਪ੍ਰਗਟ ਹੋਣਗੇ? ਅੱਜ ਉਹ ਪ੍ਰਗਟ ਨਹੀਂ ਹਨ। ਅੱਜ ਅਸੀਂ ਦੇਖਦੇ ਹਾਂ ਕਿ ਪਾਪ ਨਾਲ ਭਰੀ ਹੋਈ ਦੁਨੀਆ ਦੇ ਵਿੱਚ ਉਹ ਜ਼ਿੰਦਗੀ ਗੁਜ਼ਾਰ ਰਹੇ ਨੇ, ਪਰ ਜਦੋਂ ਉਹ ਪ੍ਰਗਟ ਹੋ ਜਾਣਗੇ ਉਸ ਵੇਲੇ ਧਰਤੀ ਦੇ ਉੱਤੇ 1000 ਸਾਲਾ ਰਾਜ ਸ਼ੁਰੂ ਹੋ ਜਾਏਗਾ। ਔਰ ਜਦੋਂ 1000 ਸਾਲਾ ਰਾਜ ਸ਼ੁਰੂ ਹੋ ਜਾਏਗਾ ਤਾਂ ਪਰਮੇਸ਼ੁਰ ਦੇ ਪੁੱਤਰ ਰਾਜੇ ਹੋਣਗੇ ਅਤੇ ਸਾਡਾ ਪ੍ਰਭੂ ਰਾਜਿਆਂ ਦਾ। ਫਿਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਯਸ਼ਾਇਆ ਦੀ ਕਿਤਾਬ ਉਸਦਾ 11 ਅਧਿਆਏ ਔਰ ਉਸਦੀ 6 ਆਇਤ ਵਿੱਚ ਲਿਖਿਆ ਹੈ, ਜਦੋਂ ਪਰਮੇਸ਼ੁਰ ਦੇ ਪੁੱਤਰ ਯਿਸੂ ਮਸੀਹ ਦਾ ਆਪਣਾ ਰਾਜ ਹੋਵੇਗਾ ਔਰ ਧਰਤੀ ਦੇ ਉੱਤੇ ਪਰਮੇਸ਼ੁਰ ਦੇ ਰਾਜ ਦੇ ਅੰਦਰ ਅਜੀਬ ਤਬਦੀਲੀ ਆਵੇਗੀ, ਬਹੁਤ ਜ਼ਬਰਦਸਤ ਤਬਦੀਲੀ ਹੋਵੇਗੀ। ਲਿਖਿਆ ਹੈ ਯਸ਼ਾਇਆ 11:6, ਬਘਿਆੜ ਲੇਲੇ ਨਾਲ ਰਹੇਗਾ ਅਤੇ ਚੀਤਾ ਮੇਮਣੇ ਨਾਲ ਬੈਠੇਗਾ, ਜਵਾਨ ਸ਼ੇਰ ਪਾਲਤੂ ਪਸ਼ੂ ਇਕੱਠੇ ਰਹਿਣਗੇ ਅਤੇ ਇੱਕ ਮੁੰਡਾ ਉਹਨਾਂ ਨੂੰ ਲਈ ਫਿਰੇਗਾ, ਉਹਨਾਂ ਨੂੰ ਚਰਾਵੇਗਾ ਔਰ ਗਾਂ ਅਤੇ ਰਿਸ਼ਨੀ ਚਰਨਗੇ ਔਰ ਉਹਨਾਂ ਦੇ ਬੱਚੇ ਇਕੱਠੇ ਬੈਠਣਗੇ ਔਰ ਬੱਬਰ ਸ਼ੇਰ ਬੋਲਦ ਵਾਂਗੂ ਭੋ ਖਾਵੇਗਾ। ਕਿੰਨੇ ਮੁਬਾਰਕ ਹੋ ਜਿਨ੍ਹਾਂ ਦੇ ਕੋਲ ਅੱਜ ਬਾਈਬਲ ਹੈ, ਜਿਨ੍ਹਾਂ ਦੇ ਕੋਲ ਅੱਜ ਬਾਈਬਲ ਹੈ ਔਰ ਜਿਹੜੇ ਆਪਣਾ ਜੀਵਨ ਬਾਈਬਲ ਦੇ ਹਵਾਲੇ ਕਰ ਰਹੇ ਹਨ, ਮੁਬਾਰਕ ਨੇ ਉਹ ਲੋਕ। ਮੇਰੇ ਜੀ ਜੋ ਮੈਂ ਇੱਥੇ ਵੀ ਅੱਜ ਪੜ੍ਹਨੀ ਚਾਹੁੰਦਾ ਹਾਂ
ਔਰ ਇੱਥੇ ਲਿਖਿਆ ਹੈ ਕਿਉਂ ਜੋ ਸ੍ਰਿਸ਼ਟੀ ਅਨਰਥ ਦੇ ਅਧੀਨ ਕੀਤੀ ਗਈ ਆਪਣੀ ਇੱਛਾ ਨਾਲ ਨਹੀਂ ਸਗੋਂ ਕਰਨ ਵਾਲੇ ਦੇ ਕਾਰਨ ਪਰ ਉਮੀਦ ਨਾਲ। ਔਰ ਇਸ ਲਈ ਜੋ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਛੁੱਟ ਕੇ ਪਰਮੇਸ਼ੁਰ ਦੇ ਪੁੱਤਰਾਂ ਦੀ ਉਡੀਕ ਵਿੱਚ ਲੱਗੀ ਹੋਈ ਹੈ। ਇਸ ਨੂੰ ਅਸੀਂ ਕੀ ਨਾਮ ਦੇ ਸਕਦੇ ਹਾਂ, ਹਜ਼ਾਰ ਸਾਲਾ ਰਾਜ, ਜਿੱਥੇ ਪ੍ਰਭੂਆਂ ਦਾ ਪ੍ਰਭੂ ਆਪਣਾ ਰਾਜ ਕਰੇਗਾ। ਔਰ ਜਬੂਰ 22 ਦੇ ਅੰਦਰ ਲਿਖਿਆ ਹੈ, ਇਹ 22 ਦੀ 28-29 ਦੀ ਵਿੱਚ ਦੁਨੀਆਂ ਦੇ ਸਭ ਦੌਲਤ ਵਾਲੇ ਕਰਨਗੇ ਸਜਦਾ, ਖਾਵਣਗੇ, ਆਪਣੀ ਜਾਨ ਬਚਾ ਨਾ ਸਕਦੇ, ਮਿੱਟੀ ਵਿੱਚ ਮਿਲ ਜਾਵਣਗੇ। ਅੱਜ ਅਸੀਂ ਦੇਖਦੇ ਹਾਂ ਕਿ ਵਚਨ ਕਹਿੰਦਾ ਹੈ ਸਾਰੀਆਂ ਕੌਮਾਂ ਚੁੱਕ ਚੁੱਕ ਜਾਵਣ, ਡਰ ਰੱਖਣਗੀਆਂ ਉਸੇ ਦਾ ਜੋ ਜੋ ਰਾਜ ਯਹੋਵਾ ਦਾ ਹੈ, ਹਾਕਮ ਹੈ ਸਭ ਕੌਮਾਂ ਦਾ। ਰਿਆ ਜੀ ਤੋਂ ਅਸੀਂ ਸਾਰੇ ਖੁਸ਼ੀ ਦੇ ਨਾਲ ਚਾਹੁੰਦੇ ਹਾਂ ਕਿ ਪਰਮੇਸ਼ੁਰ ਤੂੰ ਰਾਜ ਕਰ, ਤੂੰ ਰਾਜ ਕਰ, ਤੇਰਾ ਰਾਜ ਇਸ ਧਰਤੀ ਦੇ ਉੱਤੇ ਹੋਵੇ, ਤਾਂ ਜੋ ਤੇਰੇ ਪੁੱਤਰ ਜਿਹੜੇ ਨੇ ਉਹ ਪ੍ਰਗਟ ਹੋਣ। ਪ੍ਰਭੂ ਢੇਰ ਸਾਰੀ ਬਰਕਤ ਦੇਵੇ। ਔਰ ਇਹ ਸ੍ਰਿਸ਼ਟੀ ਆਪ ਵੀ ਵਿਨਾਸ਼ ਦੀ ਗੁਲਾਮੀ ਤੋਂ ਸੁੱਟ ਕੇ ਵਿਨਾਸ਼ ਹੋ ਰਿਹਾ, ਨਾਸ਼ ਹੋ ਰਿਹਾ। ਕਿਸ ਤਰ੍ਹਾਂ ਬਰਬਾਦੀ ਹੋ ਰਹੀ ਹੈ, ਕਿਸ ਤਰ੍ਹਾਂ ਦੀ ਬਰਬਾਦੀ ਹੋਵੇਗੀ। ਮੈਂ ਦੂਸਰੇ ਵਰਲਡ ਵਾਰ ਨੂੰ ਵੇਖਿਆ, ਲੋਕ ਦੋਹਰੀ ਦੋਹਰੀ ਵਾਰੀ ਗੋਲੀਆਂ ਮਾਰਦੇ ਸੀ, ਇੰਨੇ ਮੈਂ ਦੱਸ ਨਹੀਂ ਸਕਦਾ ਕਿੰਨੇ ਕਰੋੜ ਲੋਕ ਜਿਹੜੇ ਸੀ ਉਹ ਨਾਸ਼ ਹੋ ਗਏ ਔਰ ਧਰਤੀ ਲਹੂ ਲਹਾਨ ਹੋ ਚੁੱਕੀ ਸੀ। ਅਜੇ ਜੋ ਅੱਜ ਵੀ ਅਜਿਹਾ ਹੀ ਸਾਨੂੰ ਜਾਪਦਾ ਹੈ, ਪਰ ਪੌਲਸ ਕਹਿੰਦਾ ਹੈ ਵਰਤਮਾਨ ਸਮੇਂ ਦੇ ਦੁੱਖ, ਇਸ ਸਮੇਂ ਦੇ ਦੁੱਖ ਜਿਹੜੇ ਇਹ ਮੇਰੀ ਸਮਝ ਵਿੱਚ ਵਰਤਮਾਨ ਸਮੇਂ ਦੇ ਦੁੱਖ ਉਸ ਨਾਲ ਮਿਚਾਉਣ ਦੇ ਯੋਗ ਨਹੀਂ ਹਨ ਜੋ ਪ੍ਰਕਾਸ਼ ਸਾਡੇ ਵੱਲ ਪ੍ਰਗਟ ਹੋਣ ਵਾਲਾ ਹੈ। ਹਾਲੇਲੂਯਾ। ਜਗ ਹਨੇਰੇ ਦੇ ਅੰਦਰ ਡੁੱਬ ਰਿਹਾ ਹੈ, ਯਿਸੂ ਜਗਤ ਦਾ ਚਾਨਣ ਹੈ। ਔਰ ਅਸੀਂ ਦੇਖਦੇ ਹਾਂ ਕਿ ਪਹਿਲਾ ਯੋਹੰਨਾ ਪਹਿਲੇ ਬਾਪ ਦੀ 7ਵੀਂ ਆਇਤ ਵਿੱਚ ਲਿਖਿਆ, ਜੇ ਅਸੀਂ ਚਾਨਣ ਵਿੱਚ ਚੱਲੀਏ ਜਿਵੇਂ ਉਹ ਚਾਨਣ ਹੈ ਤਾਂ ਸਾਡੀ ਆਪੋ ਵਿੱਚ ਹੀ ਸੰਗਤ ਹੈ ਅਤੇ ਉਹਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰਿਆਂ ਪਾਪਾਂ ਤੋਂ ਸ਼ੁੱਧ ਕਰਦਾ। ਇਹੀ ਪਰਮੇਸ਼ੁਰ ਦੇ ਪੁੱਤਰ ਹਨ ਔਰ ਇਹਨਾਂ ਨੂੰ ਧਰਤੀ ਉਡੀਕ ਰਹੀ ਹੈ, ਜਾਣੀ ਕਿ ਸ੍ਰਿਸ਼ਟੀ ਉਡੀਕ ਰਹੀ ਹੈ। ਅਜੀ ਜੋ ਪ੍ਰਭੂ ਤੁਹਾਨੂੰ ਢੇਰ ਸਾਰੀ ਬਰਕਤ ਦੇਵੇ, ਬਹੁਤ ਵੱਡੀ ਕਿਰਪਾ ਦੇਵੇ। ਤੁਸੀਂ ਆਪਣਾ ਜੀਵਨ ਯਿਸੂ ਮਸੀਹ ਦੇ ਹੱਥਾਂ ਵਿੱਚ ਦੇ ਕੇ ਉਹਦੇ ਪੁੱਤਰ ਬਣ ਜਾਓ, ਕਿਉਂਕਿ ਜਿੱਥੇ ਪਰਮੇਸ਼ੁਰ ਰਹੇਗਾ ਰਹਿੰਦਾ ਹੈ ਉੱਥੇ ਉਹਦੇ ਪੁੱਤਰ ਵੀ ਰਹਿਣਗੇ। ਔਰ ਇਹਦੇ ਲਈ ਜੇ ਤੁਸੀਂ ਰਸਤਾ ਲੱਭਣਾ ਚਾਹੁੰਦੇ ਹੋ ਤਾਂ ਯੋਹੰਨਾ 14 ਦੀ 6 'ਚ ਲਿਖਿਆ, ਯਿਸੂ ਮਸੀਹ ਨੇ ਕਿਹਾ ਰਸਤਾ ਸੱਚਾਈ ਅਤੇ ਜੀਵਨ ਮੈਂ ਹਾਂ। ਔਰ ਜੇ ਤੂੰ ਕੋਈ ਜੀਵਨ ਵਿੱਚ ਜਾਣਾ ਚਾਹੁੰਦਾ, ਜੇ ਕੋਈ ਹਮੇਸ਼ਾ ਜਿੰਦਾ ਰਹਿਣਾ ਚਾਹੁੰਦਾ ਹੈ ਤਾਂ ਉਹ ਪ੍ਰਭੂ ਯਿਸੂ ਮਸੀਹ ਵੱਲ ਆਵੇ, ਕਿਉਂ ਜੋ ਉਹ ਸੱਚਾ ਪਰਮੇਸ਼ੁਰ ਹੈ। ਉਹ ਉਹੀ ਪ੍ਰਭੂ ਹੈ ਜਿਹੜਾ ਮਰ ਕੇ ਅਤੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀ ਉੱਠਿਆ। ਖੁਦਾਵੰਦ ਤੁਹਾਨੂੰ ਸਭ ਨੂੰ ਬਹੁਤ ਬਰਕਤ ਦੇਵੇ। ਕੱਲ੍ਹ ਅਸੀਂ ਜ਼ਰੂਰ ਤੁਹਾਨੂੰ ਫਿਰ ਮਿਲਾਂਗੇ। ਪ੍ਰਭੂ ਆਸ਼ੀਸ਼ ਦੇਵੇ। ਆਮੀਨ।